सूरी वर्गे सीगे तो किवें बोलता है जे जदे पुलिस ने फड़ के उन्हूं सरकार ने फड़ के अंदर दिता हुंदा उन्हूं सीए स्टाफ ले जाके पुट्ठा टंगिया हुंदा तां नौबत आउंदी नहीं सी। तुसीं देखो गुरु ग्रंथ साहिब महाराज की बेअदबी 7 साल हो गए, यही पंजाब पुलिस है, यही पंजाब सरकार है जिहड़ी 24 घंटे च फड़ लैंदी है बंदे नूं, ते 7 साल च कितें पता ही नहीं लग्गिया वी गुरु ग्रंथ साहिब महाराज दीआं बेअदबियां किहने कीतीआं ने, सामणे उहनां नूं नंगे करन जी। कौम नूं इंसाफ नहीं मिलता, जद इंसाफ नहीं मिलता फिर जिहड़े इह जे एक्शन ने उह हुंदे ही हुंदे ने, इह सदीवी हुंदे आए ने गुरु साहिब तों लै के, जद इंसाफ नहीं मिलता। देखो अज अटाला की संगत ने साडी जिहड़ी वारस पंजाब दे जथेबंदी है खन्ने की, इन्होंने गुरु नानक साहब जी महाराज के गुरपुरब न समर्पित उरे धार्मिक समागम कराया सी, उहदे विच सारी जथेबंदी वारस पंजाब दी साडी आई है, सरदार हरनेक सिंह फौजी, दीप दा ब्रदर मनदीप सिद्धू सारे असी, सानू उन्होंने सद्या सी, असी उस लई आए हां। ਮੈਨੂੰ ਦਿਖਾਓ ਕਿੱਥੇ ਹਿੰਦੂ ਸਿੱਖ ਏਕਤਾ 'ਚ ਫਰਕ ਹੈ ਜੀ, ਕਿਤੇ ਫਰਕ ਨਹੀਂ ਹੈਗਾ, ਇਹਦਾ ਥੋੜ੍ਹੇ ਜਿਹੇ ਬੰਦੇ ਨੇ ਉਹ 2-4 ਸਿੱਖਾਂ 'ਚ ਵੀ ਹੈਗੇ ਨੇ ਅਤੇ 5-7 ਹਿੰਦੂਆਂ 'ਚ ਵੀ ਹੈਗੇ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ, ਮਾਹੌਲ ਖਰਾਬ ਹੈ ਹੀ ਨਹੀਂ ਪੰਜਾਬ ਦਾ, ਨਾ ਹੋਣ ਦੇਣਗੇ, ਠੀਕ ਹੈ ਨਾ ਜੀ। ਇਹਦੇ ਵਾਸਤੇ ਤਾਂ ਨਾ ਇਹ ਜੇ ਜਿਹੜੇ ਬੰਦੇ ਇਹ ਜਿਹੜੇ ਸੂਰੀ ਵਰਗੇ ਸੀਗੇ, ਜੇ ਇਹਨਾਂ 'ਤੇ ਸਰਕਾਰ ਨੇ ਪੁਲਿਸ ਨੇ ਪਹਿਲਾਂ ਹੀ ਕੋਈ ਐਕਸ਼ਨ ਲਿਆ ਹੁੰਦਾ ਤਾਂ ਇਹ ਗੱਲ ਨੌਬਤ ਇੱਥੇ ਤੱਕ ਆਉਂਦੀ ਹੋਣੀ ਸੀ। ਉਹ ਦੇਖੋ ਕਿੰਨਾ ਬੋਲੇ ਨੇ ਧੀਆਂ ਭੈਣਾਂ ਨੂੰ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਹੈ ਨਾ, ਕਿੰਨਾ ਲੋਕਾਂ ਨੂੰ ਗਲਤ ਬੋਲਿਆ। ਮੈਂ ਤਾਂ ਸੋਸ਼ਲ ਮੀਡੀਆ ਦੇਖਿਆ ਨਹੀਂ, ਮੈਂ ਤਾਂ ਪਰਸੋਂ 'ਚ ਉੱਥੇ ਇੱਕ ਨੌਜਵਾਨ ਨੇ ਦਿਖਾਇਆ ਕਿ ਉਹ ਕਿਵੇਂ ਬੋਲਦਾ, ਜੇ ਜਦੇ ਪੁਲਿਸ ਨੇ ਫੜ ਕੇ ਉਹਨੂੰ ਸਰਕਾਰ ਨੇ ਫੜ ਕੇ ਅੰਦਰ ਦਿੱਤਾ ਹੁੰਦਾ, ਉਹਨੂੰ ਸੀਏ ਸਟਾਫ ਲਿਜਾ ਕੇ ਪੁੱਠਾ ਟੰਗਿਆ ਹੁੰਦਾ ਤਾਂ ਨੌਬਤ ਆਉਂਦੀ ਨਹੀਂ ਸੀ। ਇਸ ਲਈ ਕੌਮ ਨੂੰ ਇਨਸਾਫ ਨਹੀਂ ਮਿਲਦਾ, ਜਦ ਇਨਸਾਫ ਨਹੀਂ ਮਿਲਦਾ ਫਿਰ ਜਿਹੜੇ ਇਹ ਜੇ ਐਕਸ਼ਨ ਨੇ ਉਹ ਹੁੰਦੇ ਹੀ ਹੁੰਦੇ ਨੇ, ਇਹ ਸਦੀਵੀ ਹੁੰਦੇ ਆਏ ਨੇ ਗੁਰੂ ਸਾਹਿਬ ਤੋਂ ਲੈ ਕੇ, ਜਦ ਇਨਸਾਫ ਨਹੀਂ ਮਿਲਦਾ। ਜੇ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ 7 ਸਾਲ ਹੋ ਗਏ, ਇਹੀ ਪੰਜਾਬ ਪੁਲਿਸ ਹੈ, ਇਹੀ ਪੰਜਾਬ ਸਰਕਾਰ ਹੈ ਜਿਹੜੀ 24 ਘੰਟੇ 'ਚ ਫੜ ਲੈਂਦੀ ਹੈ ਬੰਦੇ ਨੂੰ, ਅਤੇ 7 ਸਾਲ 'ਚ ਕਿਤੇ ਪਤਾ ਹੀ ਨਹੀਂ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਿਹਨੇ ਕੀਤੀਆਂ ਨੇ, ਸਾਹਮਣੇ ਉਹਨਾਂ ਨੂੰ ਨੰਗੇ ਕਰਨ ਜੀ, ਸਾਹਮਣੇ ਉਹਨਾਂ ਨੂੰ ਨੰਗੇ ਤਾਂ ਕਰੋ ਨਾ ਵੀ ਕਿਹਨੇ ਕਿਹਨੇ ਕੀਤੀਆਂ ਨੇ, ਉਹਨਾਂ ਨੂੰ ਸਜਾਵਾਂ ਦੇਵੋ। 84 ਦੇ ਜਿਹੜੇ ਉਹਨੇ ਦੰਗੇ ਕਰੇ ਉਹ ਅੱਜ ਤੱਕ ਖੁੱਲ੍ਹੇ ਫਿਰਦੇ ਫਿਰ ਤੁਰੇ ਫਿਰਦੇ ਨੇ, ਬਲਕਿ ਕਾਂਗਰਸ ਪਾਰਟੀ ਉਹਨਾਂ ਨੂੰ ਆਪਣੇ ਨੁਮਾਇੰਦੇ ਬਣਾਉਂਦੀ ਹੈ, ਠੀਕ ਹੈ ਨਾ। ਇਸ ਵਾਸਤੇ ਇਹ ਜੋ ਕੁਛ ਵੀ ਪੰਜਾਬ 'ਚ ਹੋ ਰਿਹਾ ਇਹਦੇ ਵਾਸਤੇ ਸਟੇਟ ਜ਼ਿੰਮੇਵਾਰ ਹੈ, ਔਰ ਸਾਡੀ ਜਿਹੜੀ ਪੁਲਿਸ ਹੈ ਇਹ ਵੀ ਜ਼ਿੰਮੇਵਾਰ ਹੈ। ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਹੀ ਹੋਣੀ ਚਾਹੀਦੀ ਹੈ, ਇਨਸਾਫਦਾਇਕ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਮੈਂ ਗਲਤ ਬੋਲਾਂ ਯਾਰ ਮੈਨੂੰ ਟੰਗਣ, ਮੈਂ ਹਿੰਦੂ ਸਿੱਖ ਭਾਈਚਾਰ ਮੁਸਲਿਮ ਭਾਈਚਾਰ ਏਕਤਾ ਪੰਜਾਬ 'ਚ ਖਰਾਬ ਕਰਾਂ, ਮੈਨੂੰ ਟੰਗਣ, ਉਹ ਸ਼ਰੇਆਮ ਕਰ ਰਹੇ ਨੇ ਸ਼ਰੇਆਮ। ਦੇਖੋ ਫਿਰ ਨਹੀਂ ਹਟਦੇ ਉਹ ਜਿਹੜੇ 3-4 ਨੇ, ਫਿਰ ਉਹਨਾਂ ਨੂੰ ਆਪਾਂ ਉਹਨਾਂ ਨੂੰ ਡਿਫੈਂਸ ਕਰਦੇ ਹਾਂ, ਉਹਨਾਂ ਨੂੰ ਆਪਾਂ ਉਹਨਾਂ ਦੀ ਸੁਰੱਖਿਆ ਕਰਦੇ ਹਾਂ। ਮੈਂ ਤਾਂ ਭਗਵੰਤ ਮਾਨ ਨੂੰ ਮਿਲ ਕੇ ਇਹ ਗੱਲ ਕਹਿ ਕੇ ਆਊਂਗਾ ਵੀ ਤੈਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ, ਸੁਰੱਖਿਆ ਵਾਪਸ ਲੈ ਲੈ। ਜੇ ਇੱਕ ਵੀ ਬੋਲ ਗਿਆ, ਬੋਲਦੇ ਹੀ ਸੁਰੱਖਿਆ ਕਰਕੇ ਨੇ ਯਾਰ ਉਹ। ਤੁਸੀਂ ਮੈਨੂੰ ਦਿਖਾਓ ਕਿਤੇ ਪੂਰੇ ਇੰਡੀਆ 'ਚ ਮੁਸਲਮਾਨਾਂ ਦਾ, ਹਿੰਦੂਆਂ ਦਾ, ਸਿੱਖਾਂ ਦਾ ਆਪਸ 'ਚ ਹੈ ਹੀ ਨਹੀਂ ਝਗੜਾ। ਮੇਰੇ ਨਾਲ ਮੰਡੀ ਗੋਬਿੰਦਗੜ੍ਹ ਚੱਲੋ, ਮੈਂ ਜਿੰਨੇ ਸਾਡੇ ਸੌਦੇ ਨੇ, ਜਿੰਨੇ ਸੋਨੇ ਵਾਲੇ ਨੇ, ਜਿੰਨੇ ਆਪਣੇ ਹੋਰ ਸਾਰੇ ਤਾਂ ਯਾਰ ਹਿੰਦੂ ਨੇ, ਸਾਡੇ ਆੜਤੀਏ ਹਿੰਦੂ ਨੇ। ਕਿਤੇ ਹਿੰਦੂ ਸਿੱਖ ਭਾਈਚਾਰਕ ਏਕਤਾ ਨੂੰ ਤਾਂ ਕਿਤੇ ਵੀ ਕੋਈ ਉਹ ਨਹੀਂ ਗੱਲ ਹੈਗੀ। ਤੁਸੀਂ ਅੰਮ੍ਰਿਤਸਰੇ ਚੱਲੋ ਮੇਰੇ ਨਾਲ, ਦਰਗਿਆਣਾ ਮੰਦਰ ਚਲੋ, ਜਲਿਆਂ ਵਾਲੇ ਬਾਗ ਚਲੋ, ਕਿਤੇ ਹੈ ਹੀ ਨਹੀਂ। ਇਹ 5-4 ਬੰਦੇ ਨੇ, ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ, ਹੁਣ ਵੀ ਮਾਹੌਲ ਖਰਾਬ ਕਰਦੇ ਨੇ ਉਹ, ਠੀਕ ਹੈ। ਉਹ ਤੁਸੀਂ ਇੱਕ ਗੱਲ ਦੇਖੋ, ਇੱਕ ਬੰਦੇ ਨੇ ਉਹਦੇ ਮਰੇ 'ਤੇ, ਸੂਰੀ ਦੇ ਮਰੇ 'ਤੇ ਲੱਡੂ ਵੰਡਤੇ, ਉਹਦੇ 'ਤੇ 295 ਇਹਦਾ ਪਰਚਾ ਦੇਤਾ ਇਸੇ ਸਰਕਾਰ ਨੇ, ਇਸੇ ਪੁਲਿਸ ਨੇ, ਹੈ ਨਾ। ਇੱਕ ਬੰਦਾ ਸ਼ਰੇਆਮ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਖਤਮ ਕਰ ਦੂੰਗਾ, ਅੰਦਰੋਂ ਕੱਢ ਕੇ ਮਾਰ ਦੂੰਗਾ, ਉਹਦੇ 'ਤੇ ਕੋਈ ਯਾਰ ਪਰਚਾ ਨਹੀਂ, ਕੋਈ ਇਨਸਾਫ ਹੀ ਨਹੀਂ ਮਿਲਿਆ। 47 ਤੋਂ ਲੈ ਕੇ ਪਾਣੀ ਸਾਡਾ ਲੁੱਟ ਲਿਆ, ਰਾਜਧਾਨੀ ਸਾਨੂੰ ਨਹੀਂ ਮਿਲੀ, ਠੀਕ ਹੈ, ਕਿੰਨਾ ਸਾਡੇ ਨਾਲ ਜਾਤੀ ਹੋ ਗਈ, ਅਤੇ ਕੋਈ ਇਨਸਾਫ ਮਿਲਿਆ? ਸਿੱਖਾਂ ਨੇ ਕਦੇ ਪਹਿਲ ਕਰੀ ਹੋਵੇ? ਜਦ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆ, ਕਦੇ ਸਿੱਖ ਹਿੰਸਕ ਹੋਏ ਹੋਣ? ਕਦੇ ਵੀ ਕਦੇ ਹੋਈ ਨਹੀਂ, ਨਾ ਅਸੀਂ ਹੋਈਏ, ਸਾਡਾ ਕੋਈ, ਅਸੀਂ ਹਿੰਸਕ ਨਹੀਂ ਹੈਗੇ। ਪਰ ਇਹ ਹੈ ਵੀ ਜਦੋਂ ਜ਼ਬਰ ਔਰ ਜ਼ੁਲਮ ਹੁੰਦਾ, ਜਦ ਇਨਸਾਫ ਨਹੀਂ ਮਿਲਦਾ, ਫਿਰ ਕੌਮ ਆਪਣਾ ਜਿਹੜਾ ਗੁਰੂ ਸਾਹਿਬ ਸਾਡੇ ਸਾਨੂੰ ਕਹਿ ਕੇ ਗਏ ਨੇ, ਅਸੀਂ ਗੁਰੂ ਦੀ ਉਦੋਂ ਤੋਂ ਬਾਹਰ ਹੀ ਨਹੀਂ ਜਾਂਦੇ, ਹੈ ਨਾ। ਗੁਰੂ ਸਾਹਿਬ ਫਿਰ ਕਹਿ ਕੇ ਗਏ ਨੇ ਨਾ ਕਿ ਚੂੰ ਕਰ ਅੱਜ ਹਮਾਂ ਹੀਲ 'ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨੇ ਵਾ ਸ਼ਮਸ਼ੀਰ ਦਸਤ। ਸਰਸੇ ਵਾਲੇ ਨੂੰ ਲਿਆ ਕੇ ਟੰਗ ਨਹੀਂ ਸਕਦੇ? ਜੇ ਹੋਰ ਨੂੰ ਫੜ ਕੇ ਬਾਹਰੋਂ ਫੜ ਲਿਆਉਂਦਾ ਇੱਕ ਉਹ
ਡਾਊਨ ਸੀਗਾ ਜਿਹੜਾ ਜੇਲ੍ਹ 'ਚ ਹੈ ਉਹ ਬਾਹਰਲੇ ਪੁਰਤਗਾਲ 'ਚੋਂ ਫੜ ਲਿਆ ਜੀ ਉਹਨੂੰ, ਇਹਨੂੰ ਇੱਥੋਂ ਸਰਸੇ 'ਤੇ ਨੂੰ ਫੜ ਕੇ ਲਿਆ ਸਕਦੇ, ਫਿਰ ਸਾਡੇ ਹੱਥ ਖੜੇ ਨੇ, ਫਿਰ ਸਾਡੇ ਜੀ ਉਰੇ ਰੌਲਾ ਪੈ ਜੂਗਾ। ਦੇਖੋ ਇਹਦੇ ਇਹਦੇ ਵਾਸਤੇ ਸਰਕਾਰ ਨੂੰ ਸਖ਼ਤ ਸਟੈਂਡ ਲੈਣੇ ਪੈਣੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਨਸਾਫ ਮੰਗਦੀਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ 'ਤੇ ਗੋਲੀ, ਠੀਕ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਨੇ, ਸਿੱਖ ਕੌਮ ਦੇ ਉਲਟ ਬੋਲਦੇ ਨੇ, ਉਹਨਾਂ ਨੂੰ ਸੁਰੱਖਿਆ। ਇਹ ਕਿੱਥੇ ਲਿਖਿਆ, ਕਿਤੇ ਹੈਗਾ ਇਹ ਕਿ ਦਿਖਾਓ ਮੈਨੂੰ ਕਿਹੜੇ ਕਾਨੂੰਨ 'ਚ ਹੈ। ਜਿਹੜਾ ਵੀ ਸਿੱਖ ਕੌਮ ਦੇ ਉਲਟ ਬੋਲਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਡੇ ਸਿੱਖ ਗੁਰੂਆਂ ਦੇ, ਉਹਨੂੰ ਸੁਰੱਖਿਆ, ਠੀਕ ਹੈ। ਅਤੇ ਜਿਹੜਾ ਉਹਨਾਂ ਦਾ ਇਨਸਾਫ ਮੰਗਦਾ ਉਹਨਾਂ ਨੂੰ ਗੋਲੀਆਂ। ਇਸ ਵਾਸਤੇ ਫਿਰ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਹੈ, ਇਹਨੂੰ ਕੋਈ ਨਹੀਂ ਖਤਮ ਕਰ ਸਕਦਾ। ਜੇ ਸਟੇਟ ਤਸ਼ੱਦਦ ਸਰਕਾਰ ਦਾ ਦਬਾਅ ਖਤਮ ਕਰਨਾ ਹੁੰਦਾ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਜਨਾ ਕਾਹਤੇ ਕਰਦੇ, ਫਿਰ ਤਾਂ ਅਬਦਾਲੀ ਹੋਣੀ ਹੋ ਸਾਨੂੰ, ਮੱਸੇ ਰੰਗੜ ਹੋਣੀ ਹੋ, ਔਰੰਗੇ ਹੋਣੀ ਉਹ ਖਤਮ ਕਰ ਜਾਂਦੇ, ਫਿਰ ਤਾਂ ਬੇਅੰਤ ਸਿੰਘ ਕਰ ਜਾਂਦਾ ਸਾਨੂੰ ਖਤਮ, ਇੰਦਰਾ ਗਾਂਧੀ ਕਰ ਜਾਂਦੀ ਹੋਈ ਹੈ ਨਾ। ਇਹ ਨਾ ਇਨਸਾਫੀ ਕਰਦੇ ਨੇ, ਇਨਸਾਫ ਨਹੀਂ ਜਦ ਮਿਲਦਾ ਫਿਰ ਉਹਦਾ ਜਿਹੜਾ ਕੌਮ ਨੇ ਜਵਾਬ ਦੇਣਾ ਹੀ ਹੁੰਦਾ, ਔਰ ਕੌਮ ਦਿੰਦੀ ਹੈ। ਵਾਰਸ ਪੰਜਾਬ ਦੀ ਜਿਹੜੀ ਸੋਚ ਸੀ ਦੀਪ ਸਿੱਧੂ ਵੀਰੋਂ ਬਾਈ ਉਹਨਾਂ ਨੇ ਸ਼ੁਰੂ ਕੀਤੀ, ਕੀ ਸੁਨੇਹਾ ਦਿੰਦੇ ਹੋ ਤੁਸੀਂ ਨੌਜਵਾਨ ਪੀੜ੍ਹੀ ਨੂੰ ਇਹਦੇ ਬਾਰੇ? ਦੇਖੋ ਨੌਜਵਾਨਾਂ ਨੂੰ ਇਹੀ ਗੱਲ ਆਪਾਂ ਕਹਿੰਦੇ ਹਾਂ ਕਿ ਗੁਰੂ ਨੂੰ ਸਮਰਪਿਤ ਹੋਈਏ, ਪੰਜਾਬ ਨੂੰ ਸਮਰਪਿਤ ਹੋਈਏ, ਹੈ ਨਾ। ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਜਿਹੜਾ ਵੀ ਪੰਜਾਬ ਨੂੰ ਪਿਆਰ ਕਰਦਾ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਆਪਾਂ ਪੰਜਾਬ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਗੱਲ ਕਰੀਏ। ਪਾਤਸ਼ਾਹੀ ਦਾਅਵਾ ਹੈ ਕੌਮ ਦਾ, ਇੱਕੋ ਇੱਕ ਵਰਲਡ 'ਚ ਕੌਮ ਹੈ ਸਿੱਖ ਕੌਮ ਜਿਹਦੀ ਸਾਜਨਾ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦਾਅਵਾ ਕਰਕੇ ਗਏ ਨੇ, ਕੌਮ ਦਾ ਦੇ ਕੇ ਗਏ ਨੇ ਕੌਮ ਨੂੰ, ਠੀਕ ਹੈ। ਅਤੇ ਅੱਜ ਕੱਲ੍ਹ ਦੇ ਸਾਡੇ ਲੀਡਰ ਭੁੱਲ ਹੀ ਫਿਰਦੇ ਨੇ ਸਾਰਾ ਕੁਛ, ਪੰਚੀਆਂ ਸਰਪੰਚੀਆਂ ਚੀਫ ਮਿਨਿਸਟਰੀਆਂ 'ਚ ਉਲਝੇ ਪਏ ਹੈ। ਤੁਸੀਂ ਇੱਕ ਗੱਲ ਦੇਖੋ, ਆਪਣਾ ਸਮਝ ਲੈਂਦੇ ਹਾਂ ਕਿ ਗੁਰੂ ਕਲਾ ਨਹੀਂ ਵਰਤਾਉਂਦਾ, ਹੈ ਨਾ, ਗੁਰੂ ਸਾਹਿਬ ਬਖਸ਼ਿਸ਼ ਨਹੀਂ ਕਰਦੇ, ਇਦੋਂ ਬੜੀ ਹੋਰ ਕੀ ਹੋਊ। ਅੱਜ ਬਾਦਲ ਕਿੱਥੇ ਗਿਆ, ਕੈਪਟਨ ਅਮਰਿੰਦਰ ਸਿੰਘ ਕਿੱਥੇ ਗਿਆ, ਠੀਕ ਹੈ। ਸਰਸੇ ਵਾਲਾ ਲੁਕਿਆ ਫਿਰਦਾ, ਖੱਡ 'ਚ ਬੜਿਆ ਫਿਰਦਾ, ਅਸੀਂ ਤਾਂ ਇੱਥੇ ਆਮ ਤੁਹਾਡੇ ਕੋਲ ਤੁਰੇ ਫਿਰਦੇ ਹਾਂ ਸਕੂਟਰੀਆਂ 'ਤੇ, ਤਾਂ ਫੌਜੀ ਸਾਹਿਬ ਬਲਾਚੌਰ ਤੋਂ ਮੋਟਰਸਾਈਕਲ 'ਤੇ ਆਏ ਨੇ, ਠੀਕ ਹੈ। ਸਾਨੂੰ ਕੀ ਡਰ ਹੈ ਯਾਰ, ਸੱਚ ਨੂੰ ਕਾਹਦੀ ਆਂਚ ਹੁੰਦੀ ਹੈ। ਅਤੇ ਬਾਕੀ ਜਿਹੜੀ ਰਹੀ ਗੱਲ, ਇਨਸਾਫ ਦੇਣਾ ਚਾਹੀਦਾ। ਦੇਖੋ ਮੈਂ ਆਪ ਹਿੰਦੂਆਂ ਦੇ ਖਿਲਾਫ ਬੋਲਾਂ, ਮੁਸਲਮਾਨਾਂ ਦੇ ਖਿਲਾਫ ਬੋਲਾਂ, ਈਸਾਈਆਂ ਦੇ ਬੋਲਾਂ, ਮੈਨੂੰ ਫੜ ਕੇ ਟੰਗਣਾ ਚਾਹੀਦਾ ਚਾਹੇ ਕੋਈ ਹੈ। ਜਿਹੜਾ ਸਾਡੇ ਖਿਲਾਫ ਸਿੱਖਾਂ ਦੇ ਬੋਲਦਾ ਉਹਨੂੰ ਵੀ ਟੰਗਣਾ ਚਾਹੀਦਾ, ਉਹਨੂੰ ਯਾਰ ਫਿਰ ਜਾਕਟਾਂ ਦਿੰਦੇ ਨੇ ਜਾ ਕੇ। ਦੇਖੋ ਇੱਕੋ ਹਿੰਦੂ ਭਾਈਚਾਰੇ ਦੇ ਵਿੱਚ ਮੁੰਡਾ ਪੱਤਰਕਾਰ ਹੈ, ਹੈ ਨਾ, ਉਹਨੇ ਉਹ ਕਿੰਨੇ ਠੋਕੇ ਨੇ ਸੱਤੇ ਅੱਠੇ, ਕਿੰਨੇ ਉਹ ਛੁੱਕਲੀ ਲੈ ਗਿਆ ਪਾ ਕੇ, ਕਹਿੰਦਾ ਤੁਹਾਨੂੰ ਜਾਕਟਾਂ ਦੀ ਲੋੜ ਨਹੀਂ, ਇਹਦੀ ਲੋੜ ਹੈ। ਕਿੱਡੀ ਵਧੀਆ ਗੱਲ ਹੈ, ਔਰ ਅਸੀਂ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਉਹਨੂੰ 11,000 ਰੁਪਈਆ ਦੇ ਕੇ ਸਨਮਾਨਿਤ ਕਰਾਂਗੇ। ਯਾਰ ਉਹਨੇ ਸੱਚ ਤਾਂ ਬੋਲਿਆ, ਉਹਨੇ ਸਹੀ ਗੱਲ ਦੱਸੀ, ਜਾਕਟ ਦੀ ਲੋੜ ਤਾਂ ਦੁਸ਼ਟ ਨੂੰ ਹੁੰਦੀ ਹੈ, ਜਿਹੜਾ ਜ਼ੁਲਮ ਕਰੂਗਾ ਜ਼ਬਰ ਕਰੂਗਾ ਉਹਨੂੰ ਜਾਕਟਾਂ ਦੀ ਯਾਰ ਸੁਰੱਖਿਆ ਦੀ ਲੋੜ ਹੈ, ਠੀਕ ਹੈ। ਇਸ ਕਰਕੇ ਉਹਨੂੰ ਤਾਂ ਛੁੱਕਲੀਆਂ ਦੀ ਲੋੜ ਹੈ। ਮੈਂ ਤਾਂ ਕਹਿੰਦਾ ਪੰਜਾਬ ਪੁਲਿਸ ਕਰੇ ਸਮਰੱਥਾ ਰੱਖਦੀ ਹੈ, ਇਹ ਵੀ ਸਾਡੇ, ਇਹ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਪੁਲਿਸ ਨਹੀਂ ਮੰਨਦੀ, ਇਹ ਵੀ ਉਸੇ ਸਿੱਖ ਕੌਮ 'ਚੋਂ ਹੈ, ਵੀ ਸਾਡੇ ਭੈਣ ਭਰਾ ਨੇ ਪਿੰਡਾਂ 'ਚੋਂ ਆਏ ਨੇ। ਇੱਕ ਵਾਰ ਇਹਨਾਂ ਦੀ CIA ਗੇੜਾ ਲਵਾ ਦੇਣ, ਜੇ ਮੁੜ ਕੇ ਬੋਲ ਕੇ ਮੇਰਾ ਨਾਂ ਮਿਟਾ ਦਿਓ। ਇਹ ਸਿਰਫ ਇਹਨਾਂ ਨੂੰ ਸਰਕਾਰ ਡਿਫੈਂਡ ਕਰਦੀ ਹੈ, ਸਟੇਟ ਇਹਨਾਂ ਨੂੰ ਉਸ ਅਕਸਾਉਂਦੀ ਹੈ ਵੀ ਤੁਸੀਂ ਬੋਲੋ, ਤੁਹਾਨੂੰ ਸੁਰੱਖਿਆ ਦਿੰਦੇ ਹਾਂ, ਠੀਕ ਹੈ। ਇਸ ਵਾਸਤੇ ਸਾਰਾ ਕੁਛ ਸਟੇਟ ਦੀ ਜ਼ਿੰਮੇਵਾਰੀ ਹੈ, ਉਹਨੂੰ ਕਰਨਾ ਚਾਹੀਦਾ। ਜਦੋਂ ਇਨਸਾਫ ਨਹੀਂ ਮਿਲਦਾ, ਜਦੋਂ ਜ਼ਬਰ ਔਰ ਜ਼ੁਲਮ ਦਾ ਅੰਤ ਹੋ ਜਾਂਦਾ, ਫਿਰ ਕੌਮ ਆਪਣਾ ਜਿਹੜਾ ਇਤਿਹਾਸ ਹੈ ਪੁਰਾਤਨ, ਫਿਰ ਉਹ ਦੁਹਰਾਉਂਦੀ ਹੈ। ਅੱਜ ਇੱਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਆ, ਉਹਦੇ 'ਚ ਅੱਜ ਅਸੀਂ ਇੱਥੇ ਸੰਗਤਾਂ ਦੇ ਨਾਲ ਰੂਬਰੂ ਹੋਣ ਆਏ ਹਾਂ, ਅਤੇ ਸਾਰੀ ਗੁਰਦੁਆਰਾ ਸਾਹਿਬ ਦੀ ਵੀ ਜਿਹੜੀ ਕਮੇਟੀ ਆ, ਅਤੇ ਸਾਡੇ ਬਾਬਾ ਜੀ ਇੱਥੋਂ ਗੁਰਪ੍ਰੀਤ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੂੰ ਨੂੰ ਸਮਰਪਿਤ ਇਹ ਸਮਾਗਮ ਅੱਜ ਰੱਖੇ ਗਏ ਹੈ। ਹਿੰਦੂ ਮੁਸਲਿਮ ਭਾਈਚਾਰਾ ਪੰਜਾਬ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਇਹਨਾਂ ਨੂੰ ਵੱਖ ਕਰਨ ਦੀ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਦੇਖੋ ਸਾਰੇ ਧਰਮ ਆਪਦੀ ਥਾਂ 'ਤੇ ਰਿਸਪੈਕਟਫੁੱਲ ਆ, ਆਪਾਂ ਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ। ਆਪਾਂ ਨੂੰ ਆਪਣੀ ਬਾਣੀ ਆਪਣੇ ਗੁਰੂ ਸਾਹਿਬ ਇਹੀ ਦਿੰਦੇ ਆ ਵੀ ਸਭ ਧਰਮ ਬਰਾਬਰ ਆ, ਪੂਜਨੀਏ ਆ। ਆਪਾਂ ਨੂੰ ਕਿਸੇ ਦੇ ਪ੍ਰਤੀ, ਇੱਕ ਦੂਜੇ ਦੇ ਜਾਂ ਆਪਣੇ ਧਰਮਾਂ ਦੇ ਪ੍ਰਤੀ ਬੋਲਣਾ ਨਹੀਂ ਚਾਹੀਦਾ ਹੈਗਾ, ਕੋਈ ਨੈਗੇਟਿਵ ਥੋਟਸ ਨਹੀਂ ਲਿਆਉਣੇ ਚਾਹੀਦੇ ਗੇ, ਅਮਨ ਸ਼ਾਂਤੀ ਕਾਇਮ ਕਰਨੀ ਚਾਹੀਦੀ ਆ। ਆਪਾਂ ਨੂੰ ਆਪਣੀ ਬਾਣੀ ਵੀ ਇਹੀ ਕਹਿੰਦੀ ਆ ਵੀ ਆਪਾਂ ਸਭ ਦਾ ਸਤਿਕਾਰ ਕਰੀਏ। ਆਪਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰੀਆਂ ਬਾਣੀਆਂ ਦਾ ਵਿੱਚ ਉਸ 'ਚ ਜ਼ਿਕਰ ਹੈਗਾ ਗਾ, ਉਹਨਾਂ ਨੂੰ ਜੇ ਆਪਣੇ ਗੁਰੂ ਸਾਹਿਬ ਸਨਮਾਨ ਦੇ ਸਕਦੇ ਆ ਤਾਂ ਆਪਾਂ ਤਾਂ ਬਹੁਤ ਨਿਮਾਣੇ ਆ।
ਆਪਾਂ ਨੂੰ ਸਭ ਨੂੰ ਸਭ ਨਾਲ ਰਲ ਕੇ ਚੱਲਣਾ ਚਾਹੀਦਾ ਹੈਗਾ। ਵਾਰਸ ਪੰਜਾਬ ਦੇ ਜੋ ਪੀਰ ਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ? ਨਹੀਂ ਵਾਰਸ ਪੰਜਾਬ ਦੇ, ਦੇਖੋ ਤੁਸੀਂ ਵੀ ਪੰਜਾਬ ਦੇ ਹੋ, ਤੁਸੀਂ ਵੀ ਵਾਰਸ ਹੋ। ਆਪਾਂ ਤੁਸੀਂ ਦੱਸੋ, ਤੁਸੀਂ ਵਾਰਸ ਨਹੀਂ ਹੈਗੇ ਪੰਜਾਬ ਦੇ, ਆਪਾਂ ਸਾਰੇ ਵਾਰਸ ਹਾਂ ਅਤੇ ਆਪਾਂ ਨੂੰ ਆਪਣੇ ਪੰਜਾਬ ਲਈ ਖੜਨਾ ਚਾਹੀਦਾ ਹੈਗਾ ਹਮੇਸ਼ਾ। ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਗੁਰਪ੍ਰੀਤ ਸਿੰਘ ਖਾਲਸਾ, ਸਮਰਾਲੇ ਅਟਾਲਾ ਤੋਂ। ਅਤੇ ਜਿਹੜਾ ਇਹ ਅੱਜ ਦਾ ਸਮਾਗਮ ਸੀਗਾ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਅਸੀਂ ਇਹ ਪ੍ਰੋਗਰਾਮ ਕਰਵਾਇਆ ਹੈ, ਜਿਹਦੇ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਬਾਬਾ ਬਲਵਿੰਦਰ ਸਿੰਘ ਜੀ ਤਲਵਾੜਾ, ਸਰਦਾਰ ਹਰਨੇਕ ਸਿੰਘ ਫੌਜੀ ਅਤੇ ਬਾਈ ਮਨਦੀਪ ਸਿੰਘ ਸਿੱਧੂ ਦੇ ਭਰਾ ਦੀਪ ਸਿੰਘ ਸਿੱਧੂ ਦੇ ਭਰਾ ਬਾਈ ਮਨਦੀਪ ਸਿੰਘ ਸਿੱਧੂ ਵੀ ਸਾਡੇ ਨਾਲ ਜ਼ਰੂਰ ਪਹੁੰਚੇ ਨੇ, ਅਤੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਸਾਡੇ ਸਮਰਾਲੇ ਪ੍ਰਸ਼ਾਸਨ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਾਂਗੇ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਵਧੀਆ ਸਾਡਾ ਉਪਰਾਲਿਆਂ ਦਾ ਨਾਲ ਕਰਕੇ ਸਾਨੂੰ ਸਹਿਯੋਗ ਦਿੱਤਾ ਹੈ। ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਕਹਿਣਾ ਚਾਹੁੰਦੇ ਹਾਂ? ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਇਸ ਟਾਈਮ ਹੋ ਰਹੇ ਨੇ, ਸਿਰਫ ਅਸੀਂ ਉਹਦੇ ਲਈ ਇਹ ਕਹਾਂਗੇ ਵੀ ਆਪਸੀ ਭਾਈਚਾਰਕ ਸਾਂਝ ਜ਼ਰੂਰੀ ਆ, ਠੀਕ ਆ। ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਡੇ ਸਾਰੇ ਭਰਾ ਨੇ, ਕੋਈ ਸਾਡੇ ਤੋਂ ਵੱਖ ਨਹੀਂ ਹੈਗਾ। ਸਿਰਫ ਆਪਾਂ ਇਹ ਭਾਈਚਾਰਕ ਸਾਂਝ ਆ ਜਿਹੜੀ, ਆਪਾਂ ਇਹਨੂੰ ਮਜ਼ਬੂਤ ਕਰਨਾ, ਨਾ ਕਿ ਧੜੇਬੰਦੀਆਂ ਨੂੰ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।